ਤੁਸੀਂ ਪਰਿਵਾਰ ਨੂੰ ਨਾਲ ਲੈ ਕੇ ਝਬਾਲੇ ਆਪਣੇ ਘਰ ਵਿਖੇ ਪਹੁੰਚ ਜਾਓ। ਅਸੀਂ ਅੰਮ੍ਰਿਤਸਰ ਦੀ ਜੰਗ ਜਿੱਤ ਕੇ ਫਿਰ ਝਬਾਲ ਦੀ ਧਰਤੀ ਉੱਤੇ ਆ ਕੇ ਆਪਣੀ ਧੀ ਬੀਬੀ ਵੀਰੂ ਦਾ ਵਿਆਹ ਕਰਾਂਗੇ। ਭਾਈ ਚੌਧਰੀ ਲੰਗਾਹ ਨੇ ਸੱਤ ਬਚਨ ਕਿਹਾ, ਗੁਰਦੇਵ ਪਾਤਸ਼ਾਹ ਦੇ ਪਰਿਵਾਰ ਨੂੰ ਨਾਲ ਲੈ ਕੇ ਅੰਮ੍ਰਿਤਸਰ ਦੀ ਧਰਤੀ ਉੱਤੋਂ ਝਬਾਲ ਨੂੰ ਰਵਾਨਾ ਹੋ ਗਏ। ਸਤਿਗੁਰ ਨੇ ਇੱਕ ਸਿੱਖ ਨੂੰ ਬੇਨਤੀ ਕਰਕੇ ਆਖਿਆ, ਗੁਰੂ ਕੇ ਸਿੱਖਾ, ਪਿਆ ਮਾਲਵੇ ਦੀ ਧਰਤੀ ਉੱਤੋਂ ਪਿੰਡ ਮੱਲੇ ਤੋਂ ਮੇਰੀ ਧੀ ਨੂੰ ਵਿਆਹਣ ਵਾਸਤੇ ਭਾਈ ਸਾਧੂ ਰਾਮ ਭਾਈ ਧਰਮੇ ਦਾ ਪੁੱਤਰ ਬਰਾਤ ਲੈ ਕੇ ਆ ਰਿਹਾ ਹੈ। ਇਸ ਕਰਕੇ ਅੱਗੋਂ ਜਾ ਕੇ ਬਰਾਤ ਨੂੰ ਬੇਨਤੀ ਕਰੋ, ਹੁਣ ਬਰਾਤ ਦਾ ਟੁਕਾ ਅੰਮ੍ਰਿਤਸਰ ਦੀ ਧਰਤੀ ਉੱਤੇ ਨਹੀਂ ਪਿੰਡ ਝਬਾਲ ਦੀ ਧਰਤੀ ਉੱਤੇ ਹੋਵੇਗਾ। ਗੁਰੂ ਨਾਨਕ ਦੇ ਪਾਤਸ਼ਾਹ ਦਾ ਘਰ ਪਿਆਰੀ ਸਾਧ ਸਿੰਘ ਜੀ ਗਰੀਬਾਂ ਦਾ ਯਾਰ ਹੈ, ਇਸ ਕਾਰਨ ਹਮੇਸ਼ਾ ਹੀ ਗਰੀਬਾਂ ਦੀ ਬਾਹ ਫੜੀ। ਇਸੇ ਕਰਕੇ ਬਾਬੇ ਨਾਨਕ ਦੇ ਘਰ ਨੂੰ ਆਖਿਆ ਜਾਂਦਾ ਹੈ, ਬਾਬੇ ਨਾਨਕ ਦਾ ਘਰ ਗਰੀਬਾਂ ਦਾ ਯਾਰ ਹੈ। ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਉਹ ਭਾਈ ਧਰਮਾ ਜਿਹਦੇ ਘਰ ਦੇ ਵਿੱਚ ਇੱਕ ਦਿਨ ਦੇ ਵਿੱਚ ਦੋ ਵਾਰ ਚੁੱਲ੍ਹਾ ਬਾਲਣਾ ਪਿਆਰੀ ਸੱਸ ਵੀ ਬੜਾ ਔਖਾ ਸੀ, ਪਰ ਬਾਬੇ ਨਾਨਕ ਦੇ ਘਰ ਦੇ ਛੇਵੇਂ ਸੇਵਾਦਾਰ ਛੇਵੇਂ ਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੀ ਧੀ ਬੀਬੀ ਵੀਰੋ ਦਾ ਵਿਆਹ ਤੇ ਮੰਗਣਾ ਪਿਆਰੀ ਸਾਧ ਸਿੰਘ ਜੀ ਭਾਈ ਧਰਮੇ ਦੇ ਪੁੱਤਰ ਭਾਈ ਸਾਧੂ ਰਾਮ ਦੇ ਨਾਲ ਕੀਤਾ। ਜਦੋਂ ਕਾਲਤਾ ਸਾਹਿਬ